ਅੰਬਾਨੀ ਦੇ ਮੁੰਡੇ ਦਾ ਵਿਆਹ ਅੱਜ ਕੱਲ੍ਹ ਕਾਫ਼ੀ ਜ਼ਿਆਦਾ ਚਰਚਾ ਦੇ ਵਿੱਚ ਹੈ ਅਤੇ ਚਰਚੇ ਹੋ ਰਹੇ ਨੇ ਚਾਰੇ ਹੀ ਪਾਸੇ, ਕਿਉਂਕਿ ਸਾਰਾ ਹੀ ਬੋਲੀਵੁੱਡ ਅਤੇ ਬੋਲੀਵੁੱਡ ਤੋਂ ਇਲਾਵਾ ਹੋਲੀਵੁੱਡ ਦੇ ਵੀ ਆਰਟਿਸਟ ਉੱਥੇ ਪਹੁੰਚੇ ਸੀ ਵਿਆਹ ਦੇ ਉੱਤੇ। ਅਤੇ ਇੱਧਰੋਂ ਦੋਸਤੋ ਪੰਜਾਬੀਆਂ ਦੇ ਵੱਲੋਂ ਗਿਆ ਸੀ ਦੁਸਾਂਝ ਵਾਲਾ ਅਤੇ ਦਲਜੀਤ ਦੁਸਾਂਝ ਦੀਆਂ ਬਹੁਤ ਸਾਰੀਆਂ ਵੀਡੀਓ ਜਿੱਥੇ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਨੇ। ਬੋਲੀਵੁੱਡ ਅਦਾਕਾਰਾਂ ਨੂੰ ਨਚਾਉਂਦਾ ਹੋਇਆ ਨਜ਼ਰ ਆ ਰਿਹਾ ਦਲਜੀਤ, ਅਤੇ ਨਾਲ ਹੀ ਨੀਤਾ ਅੰਬਾਨੀ ਦੇ ਨਾਲ ਵੀ ਕੁਝ ਗੱਲਾਂ ਬਾਤਾਂ ਦੀ ਵੀਡੀਓ ਹੋ ਰਹੀ ਹੈ ਵਾਇਰਲ, ਆਓ ਦਿਖਾਉਂਦੇ ਹਾਂ ਜੀ। ਤੇ ਆਓ ਅੱਗੇ ਵੱਧਦੇ ਹੋਏ ਗੱਲ ਕਰਾਂਗੇ ਜੀ ਬੱਬੂ ਮਾਨ ਹੋਰਾਂ ਦੇ ਬਾਰੇ 'ਚ, ਅਤੇ ਮਾਨ ਸਾਹਿਬ ਦੇ ਫੈਨਸ ਦੇ ਲਈ ਵੀ ਇੱਕ ਖਾਸ ਖਬਰ ਹੈ ਜਿਹੜੀ ਲੈ ਕੇ ਹਾਜ਼ਰ ਹੋਏ ਹਾਂ, ਅਤੇ ਦੱਸ ਦਈਏ ਤੁਹਾਨੂੰ ਕਿ ਇਹ ਵੀਡੀਓ ਹੈ ਜਿਹੜੀ ਮਾਨ ਸਾਹਿਬ ਨੇ ਖੁਦ ਹੀ ਸ਼ੇਅਰ ਕੀਤੀ ਹੈ, ਅਤੇ ਆਪਣੇ ਲਾਈਵ ਸ਼ੋਅ ਨੂੰ ਲੈ ਕੇ ਆਪਣੇ ਸਾਰੇ ਹੀ ਫੈਨਸ ਨੂੰ ਕਰ ਰਹੇ ਨੇ ਅਪੀਲ, ਅਤੇ ਕਿਹੜਾ ਲਾਈਵ ਸ਼ੋਅ ਕਿੱਥੇ ਲੱਗਣ ਜਾ ਰਿਹਾ ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਮਾਨ ਸਾਹਿਬ ਦੀ ਇਹ ਲੇਟੈਸਟ ਵੀਡੀਓ। ਸਤਿ ਸ਼੍ਰੀ ਅਕਾਲ ਜੀ, 6 ਮਾਰਚ ਨੇੜੇ ਪਹੁੰਚ ਰਹੇ। ਸੋ ਦੋਸਤੋ, ਇਹ ਸੀ ਅੱਜ ਦੀ ਪੂਰੀ ਵੀਡੀਓ ਅਤੇ ਗੱਲਾਂ ਬਾਤਾਂ। ਇਹਨਾਂ ਸਾਰੀਆਂ ਹੀ ਗੱਲਾਂ ਬਾਤਾਂ ਨੂੰ ਲੈ ਕੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ, ਅਤੇ ਹੋਰ ਤਾਜ਼ਾ ਅਪਡੇਟਸ ਇਸੇ ਹੀ ਤਰ੍ਹਾਂ ਦੇਖਦੇ ਰਹਿਣ ਦੇ ਲਈ ਅਰਬਨ ਪੇਂਡੂ ਸਟੂਡੀਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ।